ए जम्मू प्रधानमंत्री नरेंद्र मोदी अर्चुअल विकसित भारत एट ट्वेंटी फोर्टी सेवन युवाओं की आवाज कार्यक्रम की शुरुआत उपराज्यपाल मनोज सिन्हा हमें आखे नौजवाने अंदर हर चुनौती मुकाबला करने की क्षमता मौजूद है अपने नमें विचारें करने हो समाज की अगड़े ले जाने ले, सदा तैयार रो ਪੁਲਿਸ ਮਹਾਨਿਦੇਸ਼ਕ ਆਰ ਆਰ ਸਵੈਨੂਰ ਨੇ ਆਖਿਆ ਕਿ ਜਵਾਨਾਂ ਦੇ ਬਲੀਦਾਨ ਦੀ ਦੇਸ਼ ਸਦਾ ਸਦਾ ਲਈ ਚੇਤੇ ਰੱਖੋਗਾ ਤੇ ਮੁੱਖ ਸਚਿਵ ਹੋਰੇ ਜੰਮੂ ਸ੍ਰੀਨਗਰ ਰਾਸ਼ਟਰੀ ਜਨਰਲੀ ਸ਼ਿਰਕਤ ਦੀ ਸਥਿਤੀ ਦਾ ਜਾਇਜ਼ਾ ਲੈਤਾ ਤੇ ਰਾਮਬਨ ਤੇ ਉਦਮਪੁਰ ਚ ਜਾਰੀ ਵਿਕਾਸ ਪਰਿਯੋਜਨਾਵਾਂ ਦੀ ਵੀ ਸਮੀਖਿਆ ਕੀਤੀ ਖਬਰਾਂ ਦੀ ਤਫਸੀਲ ਕਰਨੇ ਸ਼ਿਵੀ ਸੂਰੀ प्रधानमंत्री नरेंद्र मोदी और आज वीडियो कॉन्फ्रेंसिंग राय विकसित भारत एट 2047 युवाओं की आवाज की आवास का इस पहल का मकसद नौजवानों की विकसित भारत के नजरिए विचार विचारें योगदान गिते एक मंच प्रदान करना है श्री मोदी और राजभवन आयोजित कार्यशाला च यूनिवर्सिटी के वाइस चांसलर संस्थाने शीर्षें फैकल्टी मेंबर्स की संबोधित करन विकसित भारत भारत की भी सौ संताली तोड़ी विकसित राष्ट्र बनाने का नजरिया है इसका विकास आर्थिक विकास समाजी प्रगति पर्यावरण और होने ਪੈਲੂ ਸ਼ਾਮਲ ਨ ਮੀਡੀਆ ਕੀ ਜਾਣਕਾਰੀ ਦਿੰਦਿਓ ਇਨਵੀ ਦਿੱਲੀ ਚ ਨੀਤੀ ਆਯੋਗ ਦੇ ਸੀਈਓ ਬੀਵੀਆਰ ਸੁ브ਰਮਨਿਅਮੂਰੇ ਆਖਿਆ ਜੇ ਪ੍ਰਧਾਨ ਮੰਤਰੀ ਮੋਦੀ ਔਰ ਅਭਿਆਨ ਦੀ ਸ਼ੁਰੂਆਤ ਕਰਾਂਗਣ ਤਾਂ ਜੇ ਨੌਜਵਾਨੇ ਦੇ ਵਿਚਾਰਤ ਹੋਈ ਸਕਣ ਸ਼੍ਰੀ ਸੁ브ਰਮਨਿਅਮੂਰੇ ਆਖਿਆ ਜੇ ਵਿਕਸਿਤ ਭਾਰਤ ਦੇ ਨਜ਼ਰੀਏ ਚ ਵਿਦਿਆਰਥੀਆਂ ਦੇ ਵਿਚਾਰਾਂ ਗੀ ਸ਼ਾਮਲ ਕੀਤਾ ਜਾਗ ਉਪਰਜਪਲ ਮਨੋਸੀਨਾ ਔਰ ਆਖਿਆ ਜੇ ਨੌਜਵਾਨ ਦੇਸੇ ਦਾ ਸਭਨੇ ਸ਼ ਵੱਡਾ ਸਰਮਾਇਆ ਹੈਨ ਤੇ ਉੰਦੇ ਕੋਲ ਹਰ ਨਕਾਰਾਤਮਕ ਤੇ ਚੁਣੌਤੀਆਂ ਖਿਲਾਫ ਵਿਜਨਦਰ ਤਰਾ ਦੇ ਖੜੋਨੇ ਦੀ ਹਿੰਮਤ ਹੈ ਤੇ ਨਵੇਂ ਵਿਚਾਰੇ ਤੇ ਸਮਾਜ ਦੀ ਬਿਹਤਰੀ ਲਈ ਨਮੀਆਂ ਪਹਿਲਕੀ ਦੇਣ ਲਈ ਮੇਸ਼ਾਗੇ ਤਿਆਰ ਹੁੰਦੇ ਨਾ ਉਹਨੇ ਆਖਿਆ ਜੇ ਨੌਜਵਾਨੀ ਦੀ ਰਚਨਾਤਮਕਤਾ ਉਨਦੀ ਸਮਰਥ ਕਾਬਲੀਅਤ ਮਿਹਨਤ ਇੱਕ ਨਈ ਤਾਕਤ ਹੈ ਜਿਹੜਾ ਜੇ ਵਿਕਾਸ ਦੇ ਇੱਕ ਨਵੇਂ ਏਜੰਡੇ ਕੀ ਤੈਕਰਾਰਦਾ ਹੈ ਨੌਜਵਾਨੀ ਦੀ ਊਰਜਾ ਕੀ ਸਹੀ ਦਿਸ਼ਾ ਚ ਲਾਣੇ ਉੱਪਰ ਜ਼ੋਰ ਪਰਦੀ ਹੋਈ ਸ਼੍ਰੀ ਸਿਨਾਵਰੇ ਆਖਿਆ ਜੇ ਪਵਿੱਖ ਭਾਰਤ ਹੈ ਤੇ ਸਾਡੇ ਨੌਜਵਾਨ ਵਿਸ਼ਵਗੀ ਇੱਕ ਇਮਾਨਦਾਰੀ ਵਾਲਾ ਸਮਾਜ ਬਣਾਣੇ ਚ ਅਗਵਾ ਬਨਾਗ ਉਪਰਜਪਾਲੌਰ ਐਮਐਮ ਸਰਕਾਰੀ ਕਾਲਜ ਦੇ ਨੌਜਵਾਨ ਦੇ ਸਰਬੰਦੀਰ ਰਾਜ ਸਤਾ ਦੇ ਯੁਵਾ ਉਤਸਵ ਇੰਡੀਆ 2047 ਦੇ ਸਮਾਪਨ ਸਮਾਰੋਚ ਬੋਲਾਰਦੇ ਹਨ ਉਹਨੇ ਬਖ ਬਖ ਸ਼੍ਰੋਤਾਏ ਸ਼੍ਰੇਣੀਏ ਦੇ ਜੇਤੂਆਂ ਨੂੰ ਮੁਬਾਰਕਾ ਦਿੱਤੀਆਂ ਇੰਦਾ ਚ ਪੇਂਟਿੰਗ ਸ਼ਾਇਰੀ ਫੋਟੋਗ੍ਰਾਫੀ ਤੇ ਹੋਰੇ ਸ਼ਾਮਲ ਨਾ ਆਲ ਜੀ ਐਂਡ ਕੇ ਸਿੱਖ ਕואର୍ਡੀਨੇਸ਼ਨ ਕਮੇਟੀ ਦੇ ਚੇਅਰਮੈਨ ਅਜੀਤ ਸਿੰਘ ਹੋਰ ਕਲ ਰਾਜਪਵਨ ਜਯੂ ਉਪ ਰਾਜਪਾਲ ਮਨੋਜ ਸਿਨਾ ਔਰੰਗੀ ਮਿਲੇ ਤੇ ਹੁਣ ਕੀ ਸਿੱਖ ਸਮੁਦਾਇ ਸਰਵੰਦੀ ਬਖ ਬਖ ਮੁੱਦੇ ਬਾਰੇ ਆਗਤ ਕਰਾਇਆ ਜਿੰਦੇ ਚ ਸਿੱਖੇ ਚ ਵਿਆਹ ਸਰਵੰਦੀ ਆਨੰਦ ਕਰਜ਼ ਕਾਨੂੰਨ ਕੀ ਜੰਮ ਕਸ਼ਮੀਰ ਕੇਂਦਰ ਸ਼ਾਸਿਤ ਪ੍ਰਦੇਸ਼ ਚ ਲਾਗੂ ਕਰਨਾ ਸਕੂਲੀ ਸਿੱਖਿਆ ਚ ਗੁਰਮੁਖੀ ਜਾਨੀ ਪੰਜਾਬੀ ਭਾਸ਼ਾ ਕੀ ਬੜਾਵਾ ਦੇਣਾ ਲੋਕ ਸੇਵਾ ਆਯੋਗ ਚ ਸਿੱਖ ਸਮੁਦਾਇ ਕੀ ਨੁਮਾਇੰਦਗੀ ਦੇਣਾ ਤੇ ਇਹ ਦੋਏ ਮੁੱਦੇ ਸ਼ਾਮਲ ਹੈ ਉਪ ਰਾਜਪਾਲੋ ਨੇ ਉਨਦੇ ਸਭ ਨੇ ਸੁਝਾਏ ਮੰਗੇਗੀ ਤਰੋਈਏ ਸੁਨਿਆ ਤੇ ਯਕੀਨ ਦਵਾਇਆ ਜੇ ਹੁੰਦੇ ਆਸਿਆ ਪੁੱਟੇਗੇ ਦੇ ਸੱਬੇ ਮੁੱਦੇ ਪਰ ਪਹਿਲ ਦੀ ਬਿਨਾ ਪਰ ਗੌਰ ਕਰਦੇ ਹੋਈ ਬਨ ਕਦੀ ਕਾਰਵਾਈ ਕੀਤੀ ਜਾਗ ਜਬ ਕਸ਼ਮੀਰ ਦੇ ਪੁਲਸ ਮਹਾਨ ਨਿਰਦੇਸ਼ਕ ਆਰ ਆਰ ਸਵੈਨੋ ਨੇ ਆਖਿਆ ਜੇ ਪੁਲਸ ਪਰਵਾਰ ਤੇ ਸਮੁਲਜਾ ਰਾਸ਼ ਸੀਤੇ ਦੇ ਸਰਵੋੱਚ ਬਲੀਦਾਨ ਕੀ ਆਉਂਦੇ ਦਾ ਕੇਲੇ ਚੇਤਾ ਕਰੋਗ ਡੀਜੀਪੀਓ ਨੇ ਕਲਸ਼ੀ ਨਗਰ ਚ ਸ਼ਹੀਦ ਇਨਸਪੈਕਟਰ ਮਸਰੂਰ ਅਹਿਮਦਵਾਨੀ ਹੁੰਦੇ ਘਰ ਜਾਈਏ ਸੋਗੀ ਪਰਵਾਰ ਤਾਈ ਡੂੰਗਾ ਦੁੱਖ ਤੇ ਬਿਸੋਸ ਪ੍ਰਗਟ ਕੀਤਾ ਉਨੇ ਹੁੰਦੇ ਪਿਤਾ ਤੇ ਉਹਨੇ ਪਰਿਵਾਰ ਜਨੇ ਕਰਨੇ ਮਿਲਾਟੀ ਕੀਤੀ ਤੇ ਜੰਮੂ ਕਸ਼ਮੀਰ ਪੁਲਸ ਉੰਦੇ ਪਰਿਵਾਰ ਦਾ ਧਿਆਨ ਰੱਖੋ ਐਸਾ ਉਹਨੇ ਆਖਿਆ ਡੀਜੀਪੀ ਸਵੈਨ ਤੇ ਉਹਨੇ ਅਫਸਰ ਮਿਲਟਰੀ ਹਸਪਤਾਲ ਬੀਬੀ ਕੈਂਟ ਸ਼੍ਰੀਨਗਰ ਦਾ ਵੀ ਦੌਰਾ ਲਾਇਆ ਤੇ ਆਤੰਕਵਾਦੀਆਂ ਸੇ ਕੀਤੀ ਗਈ ਦੀ ਅੱਜ ਗੋਲਾਬਾਰੀ ਚ ਜ਼ਖਮੀ ਪੁਲਸ ਸਿਲੈਕਸ਼ਨ ਗ੍ਰੇਡ ਕਨਸਟੇਬਲ ਮੁਹੰਮਦ ਹਫੀਜ਼ ਉੰਦੀ ਡੋਲ ਪੁੱਛੀ ਉਹਨੇ ਜ਼ਖਮੀ ਕਰਮੀ ਕੀ ਹਰ ਸੰਭਵ ਮਦਦ ਦੇਣ ਦਾ ਆਸ਼ਵਾਸਨ ਵੀ ਦਿੱਤਾ ਕੇਂਦਰੀ ਮੰਤਰੀ ਡਾਕਟਰ ਜਤਿੰਦਰ ਸਿੰਘ ਹੋ ਨੇ ਆਖਿਆ ਜੇ ਜੰਮੂ ਕਸ਼ਮੀਰ ਦੇ ਜ਼ਿਲ੍ਹਾ ਉਦਮਪੁਰ ਨੇ ਕੇਂਦਰ ਸਰਕਾਰ ਆਸਿਆ ਚਲਾਈ ਜਾ ਰਹੀ ਹੈ ਭਾਈ ਤੇ ਸਵਸਤ ਲਾ ਆਲੀਏ ਯੋਜਨਾ ਦਾ 100% ਦੀ ਲਾ ਦਾ ਲਕਸ਼ ਅਸਲ ਕੀਤਾ ਉਹਨੇ ਆਪਣੇ ਲੋਕ ਸਭਾ ਹਲਕੇ ਉਧੰਪੁਰ ਕਟਵਾ ਡੋਡਾ ਚ ਬਾਕਬਾਕ ਜਨ ਕਲਿਆਣ ਕੇਂਦਰੀ ਯੋਜਨਾਏਂ ਕੀ ਲਾਗੂ ਕਰਨੇ ਉਪਰ ਜਾਇਜ਼ਾ ਲੈਣੇ ਦੇ ਬਾਦ ਮੀਡੀਆ ਕਨੇ ਗੱਲਬਾਤ ਕੀਤੀ ਡਾਕਟਰ ਸਿੰਘ ਹੋਰੇ ਜਾਣਕਾਰੀ ਦਿੱਤੀ ਜੇ ਜ਼ਿਲ੍ਹਾ ਉਧੰਪੁਰ ਚ ਪੀਐਮ ਕਿਸਾਨ ਯੋਜਨਾ ਤਾਈ 100% ਦੀ ਲਾ ਦਾ ਲਕਸ਼ ਅਸਲ ਹੋਇਆ ਹੈ ਤੇ 9535 ਕਰਸਾਨੇਗੀ ਸਾਲਾਨਾ 6000 ਰੁਪਏ ਦਾ ਲਾਤ ਹੋਇਆ ਹੈ आयुष्मान भारत बीमा ਲਈ 골ਡਨ ਕਾਰਡ ਤਾਈ 431738 ਲਾਭ ਦੇਗੀ ਲਾ ਅਸਲ ਹੋਇਆ ਇੱਕ ਕਟਨਾ ਚ ਜ਼ਿਲ੍ਹਾ ਸੰਬੱਧ ਚ ਇੱਕ ਵਿਆਹ ਵਾਲੇ ਰਿਸੈਪਸ਼ਨ ਚ ਜਾਂਦੇ ਵੇਲੇ ਇੱਕ ਲਾੜੇ ਤੇ ਉਹਦੇ ਦੋਸਤ ਦੀ ਸ਼ਿਰਕਾਤ ਸੇ ਚ ਮੌਤ ਹੋਈ ਗਈ ਇਹ ਆਜਾ ਸੋਲਿਪੇਸ਼ ਆਇਆ ਜਿਸ ਲਈ ਇੱਕ ਟਰੱਕ ਜੰਮੂ ਪਠਾਨਕੋਟ ਰਾਸ਼ਟਰੀ ਜਨਰਲਿਸ ਸ਼ਿਰਕਾ ਪਰ ਨਾਨਕੇ ਚੱਕ ਕਸ਼ਪਰ ਟੋਈਏ ਕਾਰ ਉੱਪਰ ਪੇ ਗਈ ਜਿਸ ਚ 26 ਸਾਈ ਬਰੇ ਦੇ ਕਾਰਚਾਲਕ ਰومی ਕੁਮਾਰ ਬਧੜੀ ਦੇ ਬਸਨੀਕ ਤੇ ਮਨਸੁਖ ਦਿয়াল ਦੇ 27 28 ਬਰੇ ਦੇ ਪੁੱਤਰ ਸੁਸ਼ੀਲ ਕੁਮਾਰ ਲੰਘთა ਦੇ ਬਸਨੀਕ ਮਾਰੇ ਗਏ ਨਾ ਸੁਸ਼ੀਲ ਕੁਮਾਰ ਹੁੰਦਾ ਕੱਲ੍ਹ ਕੇ ਵਿਆਹ ਹਾ ਤੇ ਇਹ ਦਰਦਨਾਕ ਘਟਨਾ ਹੋਈ ਪਈ ਇਹ ਛੜਕਾ ਦਾ ਜੰਦੀਤਰ ਕਾਲੇ ਤਕਰੀਬਨ 8:30 ਵਜੇ ਕੰਨੇ ਜ਼ਿਲ੍ਹੇ ਦੇ ਨਾਨਕੇ ਚੱਕ ਕਸ਼ ਜੰਮੂ ਪਠਾਨਕੋਟ ਜਰਨੈਲੀ ਛੜਕਾ ਪਉ ਉਸਲੇ ਪੇਸ਼ ਆਇਆ ਜਿਸਲੇ ਇੱਕ ਦਿਨ ਪਹਿਲੇ ਬੋਏ ਦਾ ਤਕਰੀਬਨ 30 ਬਰਿਆਂ ਦਾ ਸੁਸ਼ੀਲ ਕੁਮਾਰ ਨਿਵਾਸੀ ਲੰਥਾ ਕਾਰ ਚ ਬਈਆ ਆਪਣੀ ਰਿਸੈਪਸ਼ਨ ਆਸਤੇ ਸੰਭਾ ਗੀ ਜਾ ਕਰਦਾ ਹਾ ਤੇ ਅਗੂਆ ਆਵਾਰ ਦੇ ਬੇਕਾਬੂ ਟਰਾਲੇ ਦੇ ਚਾਨ ਚੱਕ ਪਲਟੀ ਜਾਣੇ ਕਰੀ ਕਾਰ ਟਰਾਲੇਠ ਆਈ ਗਈ ਜਿਸ ਕਰੀ ਸੁਸ਼ੀਲ ਕੁਮਾਰ ਤੇ ਗੱਡੀ ਚਲਾਣੇ ਵਾਲਾ ਤਕਰੀਬਨ 26 ਬਰਿਆਂ ਦਾ ਰੋਮੀ ਕੁਮਾਰ ਨਿਵਾਸੀ ਬੜਿਹੜੀ ਦੋਨੇ ਦੀ ਮੌਕੇ ਬਗੈ ਮੌਤ ਹੋਈ ਗਈ

ਮੁਖ ਸਚਿਵ ਅਤੁੱਲ ਢੁਲੋਰੇ ਜੰਮੂ ਸ਼੍ਰੀਨਗਰ ਰਾਸ਼ਟਰੀ ਜਰਨਲਿਸਟ ਜਰਨਲਿਸਟ ਕਦਾ ਦੌਰਾ ਕਰੀਏ ਮੌਕੇ ਪਰ ਸਰਕਾਰੀ ਹਾਲਤ ਦਾ ਜਾਇਜ਼ਾ ਲੈਤਾ ਤੇ ਉਧਮਪੁਰ ਤੇ ਰਾਮਬੰਦ ਜ਼ਿਲ੍ਹੇ ਚ ਜਾਰੀ ਵਿਕਾਸ ਪਰियोजना ਦੀ ਸਮੀਖਿਆ ਕੀਤੀ ਮੁਖ ਸਚਿਵ ਹੋ ਰਹੇ ਰਾਮਬੰਦ ਦੇ ਐਸਐਸਪੀ ਟ੍ਰੈਫਿਕ ਹੋ ਰਹੇ ਗਿਆ ਕਿ ਜੇ ਸੜਕਾ ਪਰ ਸੁਰੱਖਿਆ ਯਕੀਨੀ ਬਣਾਈ ਰੱਖਣ ਲਈ ਗੱਡੀਆਂ ਦੀ ਆਵਾਜਾਈ ਪਰ ਤੱਕ ਰੱਖਣੇ ਤੇ ਕਨੁਕੁਨਨੀ ਟ੍ਰੈਫਿਕ ਨਿਯਮਾਂ ਦੀ ਖਿਲਾਫੀ ਕਰਨ ਵਾਲੇ ਖਿਲਾਫ ਸਖਤ ਕਾਰਵਾਈ ਕਰਨ ਦੇ ਵੀ ਨਿਰਦੇਸ਼ ਦਿੱਤੇ ਇਹ ਦੇਖਿਆ ਪਹਿਲੇ ਉਹਨੇ ਪਵਿੱਤਰ ਦੇਵਕਾ ਪਰ ਜਾਰੀ ਵਿਕਾਸ ਕਮੇਟੀ ਮੈਡੀਕਲ ਕਾਲਜ ਉਧੰਪੁਰ ਦੇ ਕਮੇ ਦਾ ਵੀ ਡਰਾਇਜ਼ ਲਾਤਾ ਮੁਲਖ ਦੇ ਬਾਕੀੰ ਸਿਆਲਾ ਲੇਖਾ ਜੰਮ ਕਸ਼ਮੀਰ ਜਪੀਨੇ ਦੇ ਵਿਕਸਿਤ ਭਾਰਤ ਸੰਕਲਪ ਯਾਤਰਾ ਬੜੇ ਮਤੇ ਜੋਸ਼ ਤੇ ਉਤਸ਼ਾਹ ਕਨੇ ਜਾ ਰਹੀ ਹੈ ਤੇ ਬਖਬਖ ਜ਼ਿਲ੍ਹੇ ਚ ਜ਼ਿਲ੍ਹਾ ਬਲਾਕ ਤੇ ਪੰਚਾਇਤ ਸਤੈਂ ਪਰ ਬਖਬਖ ਚਾਲੀ ਦੇ ਕਾਰਜਕ੍ਰਮੇ ਦਾ ਸਰੇਚਤਾ ਕੀਤਾ ਜਾਂਦਾ ਹੈ ਆਯੋਜਨ ਲਈ ਥਾਰੇ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁੰਦਾ ਰਿਕਾਰਡ ਕੀਤੇਦਾ ਸਨੇਹਾ ਵੀ ਚਲਾਇਆ ਜਾਂਦਾ ਜਿਹਦੇ ਚ ਉਹ ਲੋਕੇ ਕੀ 2047 ਤਕਰ ਭਾਰਤ ਗੇ ਵਿਕਸਿਤ ਮੁਲਕ ਬਣਾਉਣੇ ਚ ਸਹਿਯੋਗ ਦੇਨੇ ਦੀ ਅਪੀਲ ਕਰਦੇ ਨ ਕਲਕਸ਼ਟਵਾਰ ਜ਼ਿਲ੍ਹੇ ਦੇ ਪਾਉਡਰ ਬਲਾਕ ਦੇ ਤਿਆਰੀ ਤੇ ਇਸ਼ਤਿਆਰੀ ਪੰਚਾਇਤیں ਇੰਦਰਵਾਲ ਬਲਾਕ ਦੀਆਂ ਛਾਤੂ ਲੋ ਸੀ ਤੇ ਲੋਅਰ ਇਹ ਪੰਚਾਇਤਾਂ ਤੇ ਤ੍ਰਿਗਾਮ ਬਲਾਕ ਦੇ ਤ੍ਰਿਗਾਮ A ਤੇ B ਪੰਚਾਇਤਾਂ ਚ ਯਾਤਰਾ ਪੁੱਜੀ ਜੰਮੂ ਜ਼ਿਲ੍ਹੇ ਚ ਗਲ ਟੋਕ ਜ਼ਗੀਰ ਕੈਂਕ ਜ਼ਗੀਰ ਚਕਰੋਈ ਲੋਅਰ ਜਗਤੀ ਛੱਬਾ ਗਗਰੀয়াল ਪਲਾਟਨ ਟੋੜਾ ਜ਼ਿਲ੍ਹੇ ਚ ਮਰਮਤਪਦ ਰਵਾਠ ਆਠਰੀ ਕਾੜਾ ਬਾਗਵਾ चिराला पंचायतें भी भी लोकें संकल्प यात्रा तहत केंद्र सरकार दिए स्कीमें बारे जानकारी दी गई इससे चाली राजौरी जिले च सियोट ब्लॉक दिए धर्मसाल बलशामा छन्नी ए छन्नी बी सुंदरबनी ब्लॉक के देव कत्थल कंगरियाल घगड़ियल नाला पंचायतें सांबा जिले के नड ब्लॉक च पंचायत सईं उधमपुर जिले च चनैनी टिकरी पंचैरी कुलवंता मजालता सेवना इलाकें ਤੇ ਰਾਮਬਨ ਜ਼ਿਲ੍ਹੇ ਦੇ ਉਖਰਾਲ ਬਲਾਕ ਦੀਆਂ ਚਾਰ ਪੰਚਾਇਤਾਂ ਵਿੱਚ ਵਿਕਸਿਤ ਭਾਰਤ ਸੰਕਲਪ ਯਾਤਰਾ ਤਹਿਤ ਆਯੋਜਿਤ ਕਾਰਜਕ੍ਰਮ ਵਿੱਚ ਲੋਕਾਂ ਬਧੀ ਚੜ੍ਹੀਏ ਇਸ ਸਾਲ ਦਾ ਕਿਸ਼ਤਵਾਰ ਚ ਕੱਲ ਬੀਜੇਪੀ ਦੇ ਸੀਨੀਅਰ ਲੀਡਰਾਂ ਜੰਦੇ ਰੋਜ਼ ਝਾਰਖੰਡ ਦੇ ਇੱਕ ਸੰਸਦ ਦੇ ਘਰ ਆ 290 ਕਰੋੜ ਰੁਪਏ ਦੀ ਨਕਦੀ ਬਰਾਮਦ ਹੋਣ ਦੀ ਘਟਨਾ ਪਰ ਜ਼ਬਰਦਸਤ ਰੋ ਰੋ ਸਭ ਤੇ ਸਖਤ ਨਿੰਦਿਆ ਕੀਤੀ ਹੈ ਤੇ ਆਖਿਆ ਜੇ ਇਸ ਮਾਮਲੇ ਚ ਕਾਰਵਾਈ ਕਰਦੇ ਹੋਈ ਸਜ਼ਾ ਦਵਾਈ ਜਾਣੀ ਲੋੜਦੀ ਉਹਨੇ ਆਖਿਆ ਜੇ ਬੀਜੇਪੀ ਮੁਲਖਾ ਚ ਭ੍ਰਸ਼ਟਾਚਾਰ ਕੀ ਦਨਾ ਬਰਦਾਸ਼ਤ ਨਹੀਂ ਕਰਨੇ ਦੇ ਤੇ ਇਹ ਪਰ ਕਾਇਮ ਹੈ से कांग्रेस ने किया है उसी कांग्रेस की आज अंतिम यात्रा के लिए हम निकले हैं किश्तवाड़ में भी जोरदार प्रोटेस्ट कांग्रेस के खिलाफ हो और आज भी कांग्रेस हारने के बावजूद भी जगह जगह बहुत सारी सिकेटेट गवाई है लेकिन आज भी कांग्रेस पास नहीं आ रही है आज भी कांग्रेस की वही पद्धति है जो कांग्रेस ने देश को लूटने का काम किया है देश को सौदा करने का काम किया है देश के गरीबों का हक खाने ਜ਼ਿਲ੍ਹਾ ਕਾਨੂੰਨੀ ਸੇਵਾ ਪ੍ਰਾਧਿਕਰਨਾਸਯਾ ਪ੍ਰਧਾਨ ਤੇ ਚੇਅਰਮੈਨ ਹਕ ਨਵਾਜ਼ ਸਰਕਰ ਉਰੇ ਪ੍ਰਿੰਸੀਪਲ ਜ਼ਿਲ੍ਹਾ ਸੈਸ਼ਨ ਜੱਜ ਉਧੰਪੁਰ ਵਿੰਨ ਉਨਦੀ ਦਿੱਖ ਰਿਖ ਚ ਕੱਲ ਵਿਸ਼ਵ ਮਾਨਵ ਅਧਿਕਾਰ ਦਿਵਸ ਦੇ ਮੌਕੇ ਪਰ ਸਿਆਲਸਲਾ ਵਾਰਡ ਨੰਬਰ 20 ਦੀਏ ਚੁਗੀਆਂ ਚ ਇੱਕ ਜਾਗਰੂਕਤਾ ਕਾਰਜਕ੍ਰਮ ਦਾ ਸਿਰਜਤਾ ਕੀਤਾ ਗਿਆ ਜਿਦੇ ਚ ਐਡਵੋਕੇਟ ਸੰਜੀਤ ਕੁਮਾਰ ਉਰੇ ਲੋਕਾਂ ਕੀ ਮਨੁੱਖੀ ਅਧਿਕਾਰਾਂ ਦੇ ਬਾਰੇ ਚ ਦੱਸਿਆ ਦਸਾਇਆ ਤੇ ਜਾਗਰੂਕ ਕੀਤਾ ਅਖੀਰ ਚ ਖਾਸ ਖਾਸ ਖਬਰਾਂ ਇੱਕ ਵਾਰੀ ਪੜ੍ਹਦੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰ ਅੱਜ ਵਰਚੁਅਲ ਟੰਗੇ ਨੇ ਵਿਕਸਿਤ ਭਾਰਤ ਐਟ 2047 ਯੂਵਾਓ ਕੀ ਆਵਾਜ਼ ਕਾਰਜਕ੍ਰਮ ਦੀ ਸ਼ੁਰੂਆਤ ਕਰਾਂਗੇ ਉਪ ਰਾਜਪਾਲ ਮਨੋਸੇਨਾਵਰੇ ਆਖਿਆ ਜੇ ਸਾਡੇ ਨੌਜਵਾਨ ਨੇ ਅੰਦਰ ਹਰ ਚੁਣੌਤੀ ਦਾ ਮੁਕਾਬਲਾ ਕਰਨ ਦੀ ਚਮਤਤਾ ਮੌਜੂਦ ਹੈ ਤੇ ਆਪਣੇ ਨਵੇਂ ਵਿਚਾਰੇ ਕਰਨੇ ਉਸ ਸਮਾਜ ਕੀ ਅਗੜੇ ਲਈ ਜਾਣ ਲਈ ਸਦਾ ਤਿਆਰ ਰਹੋ ਦੇ ਨਾ ਪੁਲਿਸ ਮਹਾਂ ਨਿਰਦੇਸ਼ਕ ਅਰਸਵੈਨੋਰੇ ਆਖਿਆ ਜੇ ਜੁਵਾਨ ਨੇ ਦੇ ਬਲੀਦਾਨ ਕੀ ਦੇਸ਼ ਸਦਾ ਸਦਾ ਲੈ ਚੇਤਾ ਰਖੋ ਤੇ ਮੁੱਖ ਸਚਿਵ ਨੇ ਜਮੁਸ਼ੀਨਗਰ ਰਾਸ਼ਟਰੀ ਜਨ ਅਲੀ ਛੜਕੇ ਦੀ ਸਥਿਤੀ ਦਾ ਜਾਇਜ਼ਾ ਲੈ ਤਰ ਆਮਨ ਤੇ ਉਦੰਪੁਰ ਚ ਜਾਰੀ ਵਿਕਾਸ ਪ੍ਰੋਜੈਕਟਾਂ ਦੀ ਸਮੀਖਿਆ ਕੀਤੀ ਇਹ ਦੇ ਕੰਨੇ ਕ ਖਬਰ ਦਾ ਇਹ ਬਲਟਨ ਸਮਾਪਤ ਹੋਆ